ਚੰਗੀ ਚੋਣ ਹੈ ਜੀ। ਸ਼ਾਹ ਜੱਟ ਸਾਹਿਬ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਭਾਈ ਸ਼ਾਹ? ਠੀਕ ਹੋ? ਬੜਾ ਸ਼ੁਕਰ ਭਾਈ ਤਈਬ, ਤੁਸੀਂ ਸੁਣਾਓ ਠੀਕ ਠਾਕ ਹੋ? ਅੱਲਾ ਪਾਕ ਦਾ ਸ਼ੁਕਰ ਹੈ, ਮਾਸ਼ਾਅੱਲਾ ਫੇਸਬੁੱਕ ਤੇ ਯੂਟਿਊਬ ਤੇ ਛਾਏ ਹੋ ਭਾਈ, ਧੁੰਮਾਂ ਪਈਆਂ ਨੇ ਤੁਹਾਡੀਆਂ ਪੂਰੀਆਂ। ਅੱਲਾ ਪਾਕ ਦਾ ਸ਼ੁਕਰ ਹੈ, ਅੱਲਾ ਤਾਲਾ ਦੇ ਕਰਮ ਨੇ ਸਾਡੇ ਨਹੀਂ ਭਰਾਵਾਂ ਨੇ ਹੌਸਲੇ ਦੱਸਣੇ ਤੁਰੇ ਆ। ਇੱਕ ਦੋ ਵੀਡੀਓ ਲੇਟ ਹੋਈ ਭਰਾਵਾਂ ਦੇ, ਇਸ ਤਰ੍ਹਾਂ ਨਗਰ ਇੱਕ ਦੋ ਹੁੰਦੇ ਸੇਲ ਹੋਏ, ਦੋ ਚਾਰ ਹੁੰਦੇ ਸੇਲ ਹੋ ਹੀ ਜਾਂਦੇ ਹਨ, ਤੇ ਭਰਾਵਾਂ ਮਜਬੂਰ ਕਰ ਦਿੱਤਾ ਵੀਡੀਓ ਪਾਉਣ ਦੇ, ਤੇ ਗੱਬਣਾ ਵਹਿੜੀਆਂ ਹਨ, ਤੇ ਅਸਾਂ ਚਲੋ ਯਾਰ ਪਾਈਏ ਭਰਾਵਾਂ ਦੇ ਨਸੀਬ ਹੈ, ਇਨਸ਼ਾਅੱਲਾ ਅੱਲਾ ਪਾ ਖੈਰ ਰੱਖੀ। ਗੱਬਣਾ ਵਹਿੜੀਆਂ ਪੰਜ ਪੰਜ ਛੇ ਛੇ ਦਿਨ ਕੱਢਦੀਆਂ ਟੋਟਲ, ਤੇ ਜਿਹੜਾ ਭਰਾ ਖੜੇਗਾ 50-50 ਹਜ਼ਾਰ ਰੁਪਏ ਦੀ ਭਰਾ ਫਟੋਏ ਕਿਲੇ ਤੋਂ ਘੁੰਮ ਨਾਲ, ਸਾਡਾ ਦਿਲ ਕਦੇ ਰੱਖ ਕੇ ਚਾਰ ਦਿਨ ਵੀਡੀਓ ਪਾਈਏ, ਲੇਕਿਨ ਸਾਡਾ ਇਲਜ਼ਾਮ ਆਈਂਦਾ ਅਸੀਂ ਚਲੋ ਸਸਤਾ ਸੌਦਾ ਕੇ ਭੈਣ ਭਰਾ ਦੇਵਾਂਗੇ, ਅੱਗੋਂ ਵੀ ਸਾਡੇ ਕੋਲ ਖਰੀਦੇਗਾ ਤਾਂ ਘੁੰਮਣਾ ਭਰਾ ਖਰੀਦਦੇ ਵੀ ਨੇ, ਬਾਹਰ ਪੈ ਕੇ ਪੈਸੇ ਘੱਲਦੇ ਨੇ ਅਕਾਊਂਟਾਂ 'ਚ, ਅਸੀਂ ਮਾਲ ਘੱਲਦੇ ਹਾਂ, ਤੇ ਇਸ ਤੋਂ ਵੱਡਾ ਤਮਾਦ ਕੋਈ ਨਹੀਂ, ਤੇ ਬਹੁਤ ਮਿਹਰਬਾਨੀ ਭਰਾਵਾਂ ਦੀ। ਸੱਤ ਗਾਵਾਂ ਨੇ, ਇੱਕ ਮੱਝ ਤੇ ਇੱਕ ਵੱਛਾ, ਇੱਕ ਵੱਛਾ ਜਾਂ ਜੀ, ਤੇ ਸੱਤ ਗਾਵਾਂ ਜੀ, ਤੇ ਸ਼ਾਹਦ ਅੱਜ ਸੇਲ ਮੇਲੇ ਹੋਣਾ ਚਾਹੀਦਾ, ਸੇਲ ਮੇਲਾ ਲੱਗ ਘੁੰਮਣਾ ਭਾਈ ਹੋਏਗਾ ਭਾਈ। ਐਡਰੈਸ ਦੋਸਤਾਂ ਨੂੰ ਸਮਝਾ ਦਿੰਦੇ ਆ, ਪਿੰਡ ਦਾ ਨਾਂ ਹੈ ਕਰਲੂਪ, ਤਹਿਸੀਲ ਵਾ ਜ਼ਿਲ੍ਹਾ ਸਿਆਲਕੋਟ, ਮੇਨ ਅੱਡਾ ਤੁਹਾਨੂੰ ਡਾਲੋਵਾਲ ਵੀ ਲੱਗਦਾ, 3 ਕਿਲੋਮੀਟਰ ਤੇ ਤੁਹਾਡਾ ਪਿੰਡ ਹੈ। ਉਸ ਤੋਂ ਇਲਾਵਾ ਇੱਕ ਊਰਾ ਚੌਕ ਹੈ ਮਸ਼ਹੂਰ ਅੱਡਾ ਵੀ, ਉਹ ਵੀ ਲੱਗਦਾ ਤਕਰੀਬਨ 4-5 ਕਿਲੋਮੀਟਰ, ਉਹ ਵੀ ਹੈ ਭਾਈ। ਫਰਿਆਦ ਕੋਈ ਭਾਈ ਤਈਬ ਸਾਹਿਬ, ਕੋਈ ਭਾਈ ਮੁਸ਼ਕਲ ਨਹੀਂ, ਜਿਹੜਾ ਭੈਣ ਭਰਾ ਹੈਗਾ ਜਿਹੜਾ ਵੀ, ਉਹਨੂੰ ਅੱਗੋਂ ਨਹੀਂ ਜਾ ਕੇ ਅਸੀਂ ਤਕਲੀਫ ਹੋਣ ਦਿੰਦੇ ਨਹੀਂ, ਲਾਰੀ ਜਿਹੜੇ ਸਾਡੇ ਸਿਆਲਕੋਟ ਆਈਏ, ਖੁਦ ਜਾ ਕੇ ਗੁੰਦ ਲਿਆਉਂਦਾ, ਕੋਈ ਭਰਾ ਸ਼ਿਕਾਇਤ ਇਹ ਨਹੀਂ ਕਰ ਸਕਦਾ, ਅਸੀਂ ਸ਼ਾਹਦ ਕੋ ਗਏ ਹਾਂ, ਤੇ ਜ਼ਲੀਲ ਹੋਣਾ ਪਿਆ ਅੱਗੋਂ ਦੀ ਨਹੀਂ ਲੈਣ ਆਇਆ, ਅੱਲਾ ਦੇ ਘੁੰਮਾ ਟਾਈਮ ਕੱਢ ਕੇ ਆਪਣਾ ਗੁਜ਼ਾ ਕੇ ਲੈਣ ਜਾਈਦਾ। ਮਾਸ਼ਾਅੱਲਾ ਜੀ, ਪੈਕੇਜ ਲੱਗਾ ਸ਼ਾਹ ਦੇ, ਅੱਲਾ ਦੀ ਰਹਿਮਤ ਹੁੰਦੀ ਏ, ਇਹਦਾ ਰਹਿਮਤ ਅੱਗੋਂ ਦੀ ਹੋਣਾ, ਜਹਿਮਤ ਹੀ ਖੱਟਣੀ ਹੋਰ ਕੇ ਖੱਟਣਾ। ਸ਼ਾਹ ਸਾਹਿਬ ਗੱਲਾਂ ਦਾ ਪੈਕੇਜ ਵੀ ਲਾਣੇ, ਪੈਕੇਜ ਲਾ ਕੇ ਦੱਸਣੇ ਨੇ ਵੀਡੀਓ 'ਚ, ਪਤਾ ਲੱਗੇ ਤੁਸੀਂ ਲੇਟ ਹੋਏ ਹੋ, ਇੱਕ ਦੋ ਵੀਡੀਓ ਉਹ ਕਸਰ ਕੱਢ ਦੇਣੀ ਏ। ਲਓ ਜੀ ਦੋਸਤੋ, ਵੈਰ ਨੰਬਰ 1 ਆ ਗਈ ਭਾਈ ਲਵਾਣਾ ਦਾ ਚੱਕਰ ਜੀ। ਭਾਈ ਸ਼ਾਹ ਸਾਹਿਬ ਕਿੰਨਵਾਂ ਸੁਬਾ ਸੂਈ ਹੈ? ਖੂਬਸੂਰਤ ਵੈਰ ਹੈ ਮਾਸ਼ਾਅੱਲਾ ਜੀ, ਨਫਾਸਤ ਭਰੀ ਹੈ ਭਾਈ। ਅਕਮਲ ਇੱਥੇ ਜ਼ਰਾ ਲੰਮੀ ਕਰਕੇ ਖਿਲਾਰੋ ਪਹਿਲੇ, ਪਹਿਲਾਂ ਵੈਰ ਮਾਸ਼ਾਅੱਲਾ ਜਿਹਦੇ ਥਾਣੇ ਲੱਗੇ ਨੇ ਮੁੱਲ, ਉਹਨਾਂ ਦੇ ਕੋਈ ਨਹੀਂ ਜੀ, ਥਾਣੇ ਦੋਸਤਾਂ ਨੇ ਵੇਖਣੇ ਨੇ, ਕੈਮਰੇ ਕੋਲ ਜ਼ਰਾ ਡਰਦੀ ਹੈ ਵੀ ਥਾਣੇ ਦੋਸਤਾਂ ਵੇਖ ਲੈਣ, ਬੜੇ ਸੋਹਣੇ ਮੁੱਠੀ ਦੋਹਰੇ ਪਾਵਰਫੁਲ ਪਾਵਰਫੁਲ ਥਣ ਲੱਗੇ ਨੇ, ਦੁੱਧ ਵਾਲੀ ਜਿਹੀਆਂ ਵੇਨਸ ਨੇ ਉਹ ਦੋਸਤਾਂ ਨੇ ਵੇਖਣੀਆਂ ਨਜ਼ਰ ਆ ਰਹੀਆਂ ਨੇ। ਪਹਿਲਾਂ ਸੁਬਾਹ ਸੂਈਏ, ਦਿਨ ਕਿੰਨੇ ਕੋ ਹੋ ਗਏ ਭਾਈ ਸ਼ਾਹਦ? ਇੱਕ ਹੀ ਚਵਾਈ ਹੋਈ ਹੈ, ਰਾਤ ਦੀ ਸੂਈ ਹੈ ਜਾਂ ਪਿੱਛੇ ਕੀ ਹੈ? ਪਿੱਛੇ ਤੇ ਬੱਚਾ, ਬੱਚਾ ਵੀ ਦੋਸਤਾਂ ਵੇਖ ਲੈਣਾ, ਕੋਈ ਗੱਲ ਨੀ ਮਾਸ਼ਾਅੱਲਾ ਜੀ, ਹੈ ਵੀ ਸੀਲ ਸਹੂਗਾ ਜੀ, ਚੰਗੀ ਚੋਣ ਹੈ ਜੀ। ਭਾਈ ਸ਼ਾਹ ਮੂੰਹ ਚੂ ਕਿੰਨੇ ਦੰਦ ਹੈ? ਮੂੰਹ ਤੂੰ ਛਿੱਗੀ ਨਾਲ ਤਸੱਲੀ ਨਹੀਂ ਕੀਤੀ, ਚੋਗੀ ਛਿੱਗੀ ਹੋਈ ਦੀ, ਚੋਗੀ ਛਿੱਗੀ ਨਿਸ਼ਾਨ ਲੱਗੀ ਪਿੱਛੇ ਕਰ ਲੱਤ, ਠੀਕ ਹੈ ਜੀ। ਇੱਕ ਹੀ ਚਵਾਈ ਹੋਈ ਹੈ, ਪਹਿਲਾ ਸੁਆਸ ਹੋਈ ਹੈ ਮਾਸ਼ਾਅੱਲਾ ਜੀ, ਅਸੂਲ ਤੇ ਵੇਖੋ ਦੱਤ ਨੂੰ ਅੱਗੇ ਪਿਛਾਂ ਕਰ, ਪਿਛਾਂ ਕਰ ਦਿੱਤੀ ਕਿਨੇ, ਪਿਛਾਂ ਕਰ ਲਈ ਪਹਿਲਣ ਵਛੀ ਹੋ ਕੇ, ਬੜੀ ਗੱਲ ਹੈ ਜੀ, ਪੂਰਾ ਤਸੱਲੀ ਕਰਾਇਆ ਵੇਖੋ ਦਵਾ, ਦੁੱਧ ਵਾਲੀਆਂ ਜਿਹਨਾਂ ਵੇਚ ਲਿਆ ਦੋਸਤਾਂ ਵੇਖਣੀਆਂ ਮਾਸ਼ਾਅੱਲਾ ਜੀ, ਵੇਖੋ ਅੱਲਾ ਦੇ ਕੰਮ, ਸੋਹਣੇ ਮੁੱਠੀ ਪਾਵਰਫੁਲ ਥਣ ਲੱਗੇ ਨੇ, ਹੈਵੀ ਸੀਲ ਸਹੂ ਹੈ, ਕੋਈ ਪੰਗਾ ਨਹੀਂ, ਕੋਈ ਭਾਰਾ ਨਹੀਂ ਪਾਇਆ ਭਾਈ ਯਾਰ, ਬਿਲਕੁਲ ਚੋਵਾਂਗੇ ਤੇ ਬਿਲਕੁਲ ਚੋੜੇਗੀ ਬਾਨੀ ਭਾਈ, ਅਕਮਲ ਇੱਕ ਚੱਕਰ ਦਵਾਣਾ ਫੇਰ ਬੰਨੀ ਹੈ, ਜੋੜੇ ਕਿਲਾ ਤੇ ਕੋਣਾ। ਲੋ ਜੀ ਦੋਸਤੋ, ਲਿਬਾਸ ਇੱਕ ਦਫਾ ਫੇਰ ਵੇਖ ਲੈਣਾ ਮਾਸ਼ਾਅੱਲਾ ਜੀ, ਵੈਰ ਦਾ ਬੜੀ ਖੂਬਸੂਰਤ ਵੈਰ, ਨਫਾਸਤ ਵੀ ਬੜੀ ਹੈ ਮਾਸ਼ਾਅੱਲਾ ਜੀ, ਥਣ ਬੜੇ ਸੋਹਣੇ ਲੱਗੇ ਨੇ ਭਾਈ ਅਕਮਲ, ਲੈ ਚਲੋ ਜੀ, ਪ੍ਰਿੰਟ ਦੀ ਸ਼ਾਈਨਿੰਗ ਦੋਸਤਾਂ ਵੇਖਣੀ ਭਾਈ ਸ਼ਾਹ ਦੇ, ਨਸਲ ਦੱਸਣੀ ਹੈ, ਨਸਲ ਅੰਜ ਦੱਸਾਂਗੇ, ਜਰਸੀ ਤੇ ਸਾਈਵਾਲ ਦਾ ਕਰਾਸ ਹੈ, ਜਰਸੀ ਤੇ ਸਾਈਵਾਲ ਦਾ ਕਰਾਸ ਹੈ ਮਾਸ਼ਾਅੱਲਾ ਜੀ, ਵੇਖੋ ਅੱਖਾਂ ਵੀ ਕਾਲੀਆਂ ਆ, ਵੇਖੋ ਅੱਖਾਂ ਕਾਲੀਆਂ, ਕੰਨ ਵੇਖੋ ਕਾਲੇ, ਠੀਕ ਹੈ ਜੀ, ਜਰਸੀ ਦਾ ਕਰਾਸ ਹੈ ਵਿੱਚ, ਕੋਈ ਟੈਨਸ਼ਨ ਨਹੀਂ ਦੀ,
ਚਿਹਰੇ ਦੀ ਹੁਸਰੀ ਦੋਸਤਾਂ ਵੇਲੇ ਨਹੀਂ ਸੁਰਮਾ ਪਾਇਆ, ਸਿੰਗੀਆਂ ਵੀ ਛੋਟੀਆਂ ਛੋਟੀਆਂ ਨੇ। ਹਾਂਜੀ ਵੇਖ ਲਓ ਸਿੰਗੀਆਂ ਛੋਟੀਆਂ ਨੇ, ਝੁੰਗੀਆਂ ਸਿੰਗੀਆਂ। ਠੀਕ ਹੈ ਜੀ ਬਾਈ ਅਕਮਲ ਬੰਨੋ ਜੀ, ਸ਼ਾਹ ਸਾਹਿਬ ਵੈਰ ਤੁਹਾਡੀ ਸੋਹਣੀ ਹੈ, ਉਹਨੇ ਇੱਥੋਂ ਪਤਾ ਲੱਗਣਾ ਕਿ ਅੱਗੂ ਰੇਟ ਕਿਹੋ ਜਿਹੇ ਨੇ ਪਹਿਲੀ ਵੈਰ ਤੋਂ। ਭਾਈ ਫਿਰ ਭਾਈ ਤੇਜ ਸਾਹਿਬ ਬਿਸਮਿਲ੍ਹਾ ਹੀ ਕਰਨੀ ਹੈ, ਲਾ ਦਿਓ ਘੁੰਮਣਾ, ਬਿਸਮਿਲ੍ਹਾ ਵਾਲੇ ਕੰਮ ਕਰਾਂਗੇ ਇਨਸ਼ਾਅੱਲਾ। ਸੋਹਣਾ ਲਿਬਾਸ ਕੀਤਾ ਜੀ, ਸੌ ਘਟਨੇ ਵੇਖੋ, ਸੀਲ ਸੌ ਵੀ ਹੈ ਤੇ ਨਫਾਸੇ ਦੇ ਵਿੱਚ ਮਾਸ਼ਾਅੱਲਾ ਜੀ। ਲਓ ਜੀ ਰੇਟ ਭਾਈ ਤੇ ਜਬ ਬਿਸਮਿਲ੍ਹਾ ਪੜ ਗਏ ਆ, ਅੱਲਾਹ ਪਾਕ ਨੂੰ ਹਾਜ਼ਰ ਕਰਕੇ 2.5 ਲੱਖ ਦੀ ਵੱਛੀ ਦਿਆਂਗੇ। 2.5 ਲੱਖ, 2.5 ਲੱਖ ਮਾਸ਼ਾਅੱਲਾ ਜੀ, ਘਟਾ ਦਿਓ 2.45 ਦੀ, 2.45 ਦੀ ਫਾਈਨਲ ਹੋ ਗਈ, 2.45 ਦੀ ਮਮੂਲੀ ਜਿਹਾ ਪਿਆਰ ਮੁਹੱਬਤ ਇਹਦਾ ਰੇਟ ਫਾਈਨਲ ਫਾਈਨਲ। ਦੇਖੋ ਭਾਈ ਫਿਰ ਤੈਯਬ ਸਾਹਿਬ, ਅਸੀਂ ਨਾ 270 ਨਾ 80 ਮੰਗਣੇ ਆ, ਅਸੀਂ ਉਹ ਪੈਸੇ ਮੰਗਣੇ ਆ, ਭਰਾਵਾਂ ਨੂੰ ਪਤਾ ਵੀਡੀਓ ਵੇਖਣ ਵਾਲੇ ਨੇ ਜਾਣਦੇ ਨੇ, ਤੇ ਜਿਹੜਾ ਰੇਟ ਮੰਗਣੇ ਆ ਲਾ ਦਾ ਕਮਨਾਲ, ਉਹ 'ਚ ਪਿਆਰ ਮੁਹੱਬਤ ਮਮੂਲੀ ਜਿਹਾ ਆਧਾਰ ਦੋ ਦੇ ਹੁੰਦਾ। ਮਾਸ਼ਾਅੱਲਾ ਜੀ ਵਹਿਰ ਹੈ ਵੀ ਖੂਬਸੂਰਤ ਰੇਟ ਆ ਤਾਂ ਮੁਨਾਸਬ ਹੈ, ਜੇ ਮੇਲੇ ਤਾਂ ਹੱਥ ਮਾਰੋ ਜਿੱਥੇ ਮਰਜ਼ੀ ਮਾਰੋ। ਸੀਲ ਸਾਊ ਵੇ ਰੱਜ ਗਏ, ਅੱਗੇ ਆ ਗਈ ਜੀ ਵਹਿਰ ਨੰਬਰ 2, ਚੰਗੀ ਪੱਟ ਪਾਈ ਹੈ ਮਾਸ਼ਾਅੱਲਾ ਜੀ, ਗੱਬਨ ਹੋ ਕੇ ਜਿਹੜਾ ਲਿਬਾਸ ਕੀਤਾ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਸੋਹਣਾ ਲਿਬਾਸ ਕੀਤਾ, ਕਾਲੇ ਮੋਟੇ ਥਾਣੇ ਲੱਗੇ ਨੇ ਜੀ। ਬਾਈ ਇੱਕ ਚੱਕਰ ਲਵਾਉਣਾ ਫਿਰ ਉੱਥੇ ਚੱਲ ਕੇ ਖਿਲਾੜਦੇ ਹਾਂ। ਲੋਹੀ ਦੋਸਤੋ ਗੱਬਨ ਹੋ ਗਈ, ਸ਼ਰਾਫਤ ਵੇਖਣੀ ਹੈ ਮਾਸ਼ਾਅੱਲਾ ਜੀ, ਜੀ ਬੱਚੀਆਂ ਨਸਲ ਦੀਆਂ ਨੇ, ਸੀਲ ਸੌ ਗੱਬਨ ਹੋ ਗਏ ਮਾਸ਼ਾਅੱਲਾ ਜੀ, ਸ਼ਰਾਫਤ ਦੋਸਤਾਂ ਵੇਖਣੀ ਹੈ। ਬਾਈ ਸ਼ਾਹ ਦੇ ਸੁਆਗਤ ਨੂੰ ਮੈਂ ਸੁਣਾ ਹੂੰ, ਚੰਗੇ ਦੋਹਰੇ ਥਣ ਲੱਗੇ ਨੇ ਜੀ। ਨਸਲ ਕੀ ਹੈ ਬਾਈ ਸ਼ਾਹ ਦੇ, ਬਾਈ ਸ਼ਾਹ ਨਸਲ ਨਸਲ ਦੱਸਣੀ ਹੈ ਦੋਸਤਾਂ ਨੂੰ, ਰੈਡ ਫਰੀਜ਼ੀਅਨ ਤੇ ਚੋਲਸਤਾਨ ਦਾ ਕ੍ਰਾਸ ਵਿੱਚ, ਚੋਲਸਤਾਨੀ ਤੇ ਰੈਡ ਫਰੀਜ਼ੀਅਨ ਦਾ ਕ੍ਰਾਸ ਹੈ ਮਾਸ਼ਾਅੱਲਾ, ਨਸਲ ਵੀ ਚੰਗੀ ਹੈ। ਇੱਥੇ ਭਾਈ ਅਕਮਲ ਖਿਲਾੜਨੀ ਹੈ, ਲੋਹੀ ਦੋਸਤੋ ਵੈਰ ਦੀ ਹਾਈਟ ਤੇ ਰਵੇਲ ਦੀ ਵੇਖਣੀ ਮਾਸ਼ਾਅੱਲਾ ਜੀ, ਚੰਗੇ ਕੱਦਾਂ ਪਰ ਵੈਰ ਹੈ, ਜਿਨ੍ਹਾਂ ਕੋਲ ਵੈੜੀ ਲਈ ਆ ਭਾਈ ਉਹਨੇ ਜਿੱਦਾਂ ਵੈੜੀ ਸੂਨ ਤੇ ਆਈਆਂ ਤੇ ਕੱਖ ਪਾ ਕੇ ਸੌ ਗਏ ਲੈ ਦੋ ਕੰਮ ਨਾਲ। ਮਾਸ਼ਾਅੱਲਾ ਜੀ ਲਿਬਾਸ ਚੰਗਾ ਕੀਤਾ, ਥਣ ਬੜੇ ਸੋਹਣੇ ਲੱਗੇ ਨੇ, ਗੱਬਨ ਹਲੇ ਸੂਬੇ ਚ ਤੁਹਾਡੀ ਦੁਆ ਦੇ ਨਾਲ ਵੇਖੋ ਸੌ ਐਡੀ ਕਿ ਪਹਿਲੇ ਸੂਬੇ ਚ ਦਾ ਰਿਕਾਰਡ 14 ਤੋਂ 15 ਕਿਲੋ ਦਾ ਰਿਹਾ ਤੇ ਮਾਸ਼ਾਅੱਲਾ ਜੀ ਵਧੇਗੀ, ਸੀਲ ਸੌ ਵੇ ਰੱਜ ਗਿਆ ਜੀ, ਐਂਦੀਆਂ ਸਭ ਹੋਣਗੀਆਂ ਵੈੜੀਆਂ। ਠੀਕ ਹੈ ਜੀ ਬਾਈ ਅਕਮਲ ਲੈ ਚਲੋ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ ਇਸ ਸਾਈਡ ਨੂੰ, ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖ ਲੈਣੀ, ਵੇਖੋ ਮੋਟੀ ਵੇਖੋ ਵੇ ਜੱਸੀ ਦਾ ਕੁਟਾ ਚਾ ਮਾੜਾ ਜਿਆ, ਆ ਵੇਖੋ ਮਾਸ਼ਾਅੱਲਾ ਜੀ, ਆ ਵੇਖੋ। ਠੀਕ ਬਾਈ ਅਕਮਲ ਲੈ ਚਲੋ ਜੀ, ਬਾਈ ਸ਼ਾਹ ਲਾਓ ਜੀ ਰੇਟ ਵੈਰ ਨੰਬਰ 2 ਦਾ ਵੀ, ਜਨਾਬ ਰੇਟ ਇਹਦਾ ਵੀ ਯਸ ਨੂੰ ਵਾਲਾ ਲੜਕ ਨਾ ਹੋਏਗਾ ਪਿਆਰ ਮੁਹੱਬਤ ਵਾਲਾ, 2,65,000 ਦੀ ਵੈੜੀ ਦਿਆਂਗੇ, 2,65,000, 2,65,000, ਕੋਈ 90 ਨਹੀਂ ਕੋਈ 80 ਨਹੀਂ, 2,65,000 ਯਸ ਨੂੰ ਵਾਲਾ ਮੁੱਲ ਹੋਏਗਾ। ਠੀਕ ਹੈ ਜੀ ਮਮੂਲੀ ਜਿਹਾ ਪਿਆਰ ਮੁਹੱਬਤ ਹੋਈ, ਇਹਦਾ ਹੁਣ ਵੈਰ ਨੰਬਰ 2 ਦੀ ਕੀਮਤ ਹੋ ਗਈ 2,65,000। ਅੱਗੇ ਆ ਗਈ ਜੀ ਵੈਰ ਨੰਬਰ 3,
ਖੂਬਸੂਰਤ ਪ੍ਰਿੰਟ ਮਾਸ਼ਾਅੱਲਾ ਜੀ ਨਸਲ ਚੰਗੀ ਭਾਈ ਜ਼ਰਾ ਲੰਮਾ ਚੱਕਰ ਲਵਾਉਣਾ ਗੱਬਨ ਨੇ ਭਾਈ ਸ਼ਾਹਦ ਕਿੰਨੇ ਕੁ ਦਿਨ ਲੈਣ ਡਈ ਪੰਜ ਤੋਂ ਛੇ ਦਿਨ ਲੈਣ ਡੀ ਸੁਆ ਕਿਨੂੰ ਮੈਂ ਚਾਦਰ ਵੱਡੀ ਹੈ ਤਰਪਾਲ ਏ ਹਾਂਜੀ ਤਰਪਾਲ ਹੀ ਸਮੇਂ ਕੋਪਾ ਹੀ ਲੱਗਿਆ ਇੱਥੇ ਖਿਲਾਰ ਨਹੀਂ ਜ਼ਰਾ ਭਾਈ ਇੱਥੇ ਫਿਰ ਬੈਠੀ ਕੱਕੀ ਹੈ ਤੇ ਕਹਿੰਦੇ ਭਾਈ ਸ਼ਾਹਦ ਸੁਆ ਸੁਬਾ ਨੇ ਦੂਜਾ ਸੁਣਿਆ ਹੁਣ ਦੂਜਾ ਸੁਆ ਸੁਣਾ ਦਿਨ ਲੈਣ ਡਈ ਉਹ ਪੰਜ ਸੱਤ ਦਿਨ ਪੰਜ ਦੇ ਹਾਂਜੀ ਮਾਸ਼ਾਅੱਲਾ ਜੀ ਥਾਣੇ ਬੜੇ ਸੋਹਣੇ ਲੱਗੇ ਨੇ ਤੇ ਲਿਬਾਸ ਪੋਲਮ ਪਾਲਾ ਵੇ ਦੋ ਦਿਨ ਪਾਇਆ ਥਾਣਾ ਜਾਈ ਵੜੀ ਨੇ ਚਾਦਰ ਵੱਡੀ ਹੈ ਕਰਾਓ ਚਾਦਰ ਜ਼ਰਾ ਫੜ ਕੇ ਪਾਓ ਪਰਮਾਨ ਅਜਾ ਡਰਦੀ ਕੈਮਰੇ ਕੋਲ ਕੋਈ ਗੱਲ ਨਹੀਂ ਨਾ ਤੋਰ ਲੰਦੇ ਭਾਈ ਕਮਲ ਵਾਹ ਚੱਕਰ ਜ਼ਰਾ ਭਾਈ ਤੇ ਮਾਲ ਲਈਦਾ ਘਰਾਂ ਚੋਂ ਕੈਮਰੇ ਸ਼ਾਮ ਕੋ ਤਰੰਦੀਆਂ ਜ਼ਰਾ ਵੇਖੋ ਚਾਦਰ ਕਿੰਨੀ ਕੁ ਭੋਲੀ ਵੜੀ ਦੇ ਮਾਸ਼ਾਅੱਲਾ ਜੀ ਕਿਹਦੀ ਲਿਬਾਸ ਕਰੇਗੀ ਸੀਲ ਸਭ ਉਹਦੀ ਨਸਲ ਕੀ ਹੈ ਭਾਈ ਸ਼ਾਹਦ ਪੰਜਾਹ ਬਚਣਾ ਸ਼ਰਾਫਤ ਵੇਖਣੀ ਮਾਸ਼ਾਅੱਲਾ ਜੀ ਪਹਿਲਾਂ ਨੇ ਗਬਨ ਹੋ ਗਏ ਸੀਲ ਸਹੁ ਰੱਜ ਕੇ ਪਹਿਲਾਂ ਹੋ ਗਿਆ ਨੀ ਕਿ ਥਣ ਛੋਟੇ ਛੋਟੇ ਲੱਗੇ ਨੇ ਚੰਗੇ ਸੋਹਣੇ ਦੋਹਰੇ ਥਣ ਲੱਗੇ ਨੇ ਕਾਲੇ ਭੋਲੀ ਪਈ ਬੱਚੀ ਆ ਜਿੰਨੀ ਵੀ ਆ ਚਾਦਰ ਵੇਖਣੀ ਹੈ ਮਾਸ਼ਾਅੱਲਾ ਜੀ ਜਿੱਤਾਂ ਨੂੰ ਮਰਜ਼ੀ ਕੋ ਬਾਈ ਆ ਵੇਖੋ ਆ ਪੁੱਠੇ ਪਾਸੇ ਬਵੋ ਸਿੱਧੇ ਪਾਸੇ ਬਵੋ ਕੋਈ ਟੈਨਸ਼ਨ ਜਿਆ ਵੇਖੋ ਨੱਬਾ ਜਾ ਰੱਜ ਕੇ ਸੀਲ ਸਹੁ ਹੈ ਜੀ ਜਨਾਬ ਇਸ ਤੋਂ ਵੱਡੀਆਂ ਤਸੱਲੀਆਂ ਤੇ ਕੋਈ ਨਹੀਂ ਆ ਮਾਸ਼ਾਅੱਲਾ ਜੀ ਜੋ ਗੱਬਣਾ ਵੈੜੀਆਂ ਨੇ ਕਈ ਭਰਾ ਨੇ ਹੋ ਰਿਹਾ ਔਲ ਕਰਨ ਇੰਜੋ ਇੰਜ ਜਿਹੜੀਆਂ ਸਹੁ ਉਹਨਾਂ ਦਾ ਤਾਂ ਕੰਮ ਸੋਹਣਾ ਹੁੰਦੀ ਪਿਆਰ ਦਿਨ ਕਿੰਨੇ ਕੁ ਲੈਣ ਡਈ ਜੇ ਦਿਨ ਇੱਕ ਚਾਦ ਪਾਣੀ ਦੇ ਜੀ ਪੰਜ ਤੋਂ ਚਾਰ ਦਿਨ ਲੈਣ ਡੀ ਮਾਸ਼ਾਅੱਲਾ ਜੀ ਚੰਗੀ ਸਿਹਤ ਏ ਪਾਲੇ ਦੋਸਤਾਂ ਵੇਖਣਾ ਥਣ ਵੀ ਸੋਹਣੇ ਲੱਗੇ ਨੇ ਲਿਬਾਸ ਦੋਸਤਾਂ ਵੇਖਣਾ ਪੋਲੋਂ ਪਾਲੀ ਹੱਲੇ ਮਾਸ਼ਾਅੱਲਾ ਜੀ ਵੇਖੋ ਗਾਂ ਦੀ ਗਾਂ ਦੀ ਮੱਝ ਦੀ ਮੱਝ ਚਾਰ ਤੋਂ ਪੰਜ ਦਿਨ ਲੈਣ ਡੀ ਏ ਇੱਥੇ ਖਿਲਾਰਨਾ ਭਾਈ ਅਕਮਲ ਭਾਈ ਸ਼ਾਹਦ ਨਸਲ ਕੀ ਜਵੈਰ ਦੀ ਭਾਈ ਸ਼ਾਹਦ ਨਸਲ ਗੁਰੂ ਹੋ ਗਏ ਵੀਡੀਓ ਵੀ ਚੰਗੀ ਬਣਵਾਉਣ ਡੇ ਸੀਲ ਸਭ ਭਾਈ ਅੱਗੇ ਤੋਂ ਚੈੱਕ ਕਰਵਾ ਦਿੱਤੀ ਹੈ ਲੱਤਾਂ ਨੂੰ ਹੱਥ ਮਾਰੋ ਵੇਖੋ ਹਰੀਆਂ ਕੋ ਸਾਊ ਬੱਚੀਆਂ ਲੱਭਦੀਆਂ ਪਹਿਲਾਂ ਬੱਚੀਆਂ ਤਸੱਲੀਆਂ ਵੇਖੋ ਹੈ ਵੀ ਗੱਬਰ ਨੇ ਵੈਰ ਨੰਬਰ 4 ਤੇ ਚਵੇ ਹੀ ਸੀਲ ਸਾਊ ਨੇ ਸਾਊ ਵੈੜੀਆਂ ਲਾ ਲੋ ਕਮ ਚੋਣ ਕੇ ਬੰਦੋ ਜੀ ਭਾਈ ਹਾਂਜੀ ਭਾਈ ਸ਼ਾਹ ਜੀ ਲਾਹੌਰ ਰੇਟ ਸੋਣ ਜ਼ਰਾ ਭਾਈ ਤੇ ਯਾਰ ਰੇਟ ਦਾ ਵੀ ਜਾਇਜ਼ ਮਨਾਸਾ ਵੀ ਏ 2,40,000 ਪਹਿਲਾਂ ਵੈਰ ਮਾਸ਼ਾਅੱਲਾ ਜੀ ਥਣ ਵੀ ਸੋਹਣੇ ਲੱਗੇ ਨੇ ਲਿਬਾਸ ਵੀ ਚੰਗਾ ਕਰਦੀ ਹੈ ਵੀ ਤੇ ਦੋਸਤਾਂ ਅੱਜ ਕੀਮਤ ਵੇਚਣੀ ਸ਼ਾਹ ਜੜਦੀ ਅੱਗੇ ਆ ਗਈ ਜੀ ਵੈਰ ਨੰਬਰ 5 ਭਾਈ ਅਕਮਲ ਲਵਾਣਾ ਚੱਕਰ ਇਹ ਵੀ ਗੱਬਰ ਨੇ ਪਹਿਲਾਂ ਪਹਿਲਾਂ ਹਾਂਜੀ ਪਹਿਲਾਂ ਪਹਿਲਾਂ ਨੇ ਜੀ ਇਹ ਵੀ ਗੱਬਰ ਨੇ ਦਿਨ ਕਿੰਨੇ ਕੁ ਲੈਣ ਡੇ ਜੀ ਇਹ ਵੀ 5-6 ਦਿਨ ਲੈਂਦੀ 5-6 ਦਿਨ ਖੇਡ ਸਾਰੀਆਂ ਵੈੜੀਆਂ ਨੇ ਲੋਕ ਲੰਮਾ ਜੋੜਾ ਕੰਮ ਨਹੀਂ ਕੋਈ ਵੀ ਮਾਸ਼ਾਅੱਲਾ ਜੀ 4 ਤੋਂ 5 ਦਿਨ ਲੈਣ ਡੀ ਪਹਿਲਾਂ ਵੈਰ ਮਾਸ਼ਾਅੱਲਾ ਜੀ ਖੂਬਸੂਰਤ ਪ੍ਰਿੰਟ ਦੀ ਸ਼ਾਈਨਿੰਗ ਬੜੀ ਹੈ ਨਫਾਸਤ ਦੇ ਵਿੱਚ ਥਣ ਦੋਸਤਾਂ ਨੇ ਵੇਖਣੇ ਨੇ ਮਾਸ਼ਾਅੱਲਾ ਜੀ ਸੋਹਣੇ ਥਣ ਲੱਗੇ ਨੇ ਮੁੱਠੀ
ਵੇਖੋ ਪੂਰਾ ਬਹਾਨਾ ਵੀ ਢਾਬਾ ਵਾਲਾ ਲਾ ਦੋ ਕੰਮ ਵਾਲਾ ਢਾਬਾ ਵਾਲਾ ਲਿਬਾਸ ਤੇ ਕਾਲੇ ਗੋਲ ਲੱਗੇ ਨੇ ਬੜੇ ਪਿਆਰੇ ਬਾਈ ਸ਼ਾਹਦ ਕੀ ਨਸਲ ਹੈ ਇੱਥੇ ਖਿਲਾਰ ਨਹੀਂ ਬਾਈ ਅਕਮਲ ਬਾਈ ਸ਼ਾਹਦ ਦੀ ਨਸਲ ਤੋਂ ਗਲਤ ਬਣੀ ਕੋ ਭਰਾ ਹੈ ਨਾ ਆਖੇ ਨਸਲਾ ਨਹੀਂ ਕੋ ਮਾਦਰ ਜਾਣੇ ਕੋ ਮੁਸ਼ਕਿਲ ਥੋੜੀ ਬਹੁਤੀ ਹੋਈ ਕਈ ਨਹੀਂ ਜਾਂਦੇ ਆ ਜੀ ਮੈਂ ਉਹਦੀ ਵੇਖ ਕੇ ਫੈਸਲਾ ਕਰ ਜਿਹਦੀ ਕੋ ਕਮੀ ਕਤਾਈ ਹੋਦੀ ਦੋਸਤ ਆਪੀ ਸਮਝ ਲੈਣ ਦੇਖਣਾ ਚੋਲਾ ਸਿੰਨਾ ਕਰਾ ਸੇਲਾ ਜਰਸੀ ਤੇ ਚੋਲਾ ਸਿੰਨੀ ਕਰਾ ਸੇ ਵੈਰ ਦੀ ਹਾਈਟ ਤੇ ਰਵੇਲ ਦੋਸਤਾਂ ਨੇ ਵੇਖਣੀ ਹੈ ਮਾਸ਼ਾਅੱਲਾ ਜੀ ਗੱਬਾ ਨੇ 4 ਤੋਂ 5 ਦੇ ਲੈਣ ਦੀ ਪਹਿਲਾ ਸੁਆ ਸੁਣਾ ਬਾਈ ਅਕਮਲ ਲੈ ਚਲੋ ਜੀ ਵੈਰ ਨੰਬਰ 5 ਲਵਾ ਲਓ ਚੱਕਰ ਛੋਟਾ ਜਿਹਾ ਲਿਬਾਸ ਦੋਸਤਾਂ ਇੱਕ ਦਫਾ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ ਸੋਹਣਾ ਲਿਬਾਸ ਕੀਤਾ ਨਸਲ ਵੀ ਚੰਗੀ ਹੈ ਹਾਈਟ ਵੀ ਚੰਗੀ ਠੀਕ ਹੈ ਬਾਈ ਅਕਮਲ ਬੰਨੋ ਬਾਈ ਸ਼ਾਹਦ ਵੈਰ ਨੰਬਰ 5 ਦਾ ਰੇਟ ਲਾਣਾ ਦੋਸਤ ਕਮੈਂਟ ਆ ਰਹੀ ਭਰਾਵਾਂ ਨੇ ਫੋਨ ਚਾਹਤ ਕਰਦੇ ਨੇ ਪਤਾ ਹੀ ਹੁਣ ਲੱਗਿਆ ਚਾਹਤ ਕੀ ਚੀਜ਼ ਹੁੰਦੀ ਮਾਸ਼ਾਅੱਲਾ ਜੀ ਕਰਾਂਗੇ ਲਾ ਦੋ ਕਮ ਨਾਲ ਠੀਕ ਹੈ ਜੀ ਅੱਗੇ ਆ ਗਈ ਜੀ ਵੈਰ ਨੰਬਰ 6 ਪਾਲੇ ਦੋਸਤਾਂ ਵੇ ਨਾਲ ਸੇਧ ਵੇਖਣੀ ਮਾਸ਼ਾਅੱਲਾ ਜੀ ਨਸਲ ਵੀ ਚੰਗੀ ਹੈ ਛੋਟੀਆਂ ਛੋਟੀਆਂ ਬੋਦੀ ਵੀ ਦੋਸਤਾਂ ਵੇਖ ਲੈਣੀ ਠੀਕ ਹੈ ਜੀ ਬਾਈ ਅਕਮਲ ਦੂਜਾ ਕਿ ਪਹਿਲਾ ਦੂਜਾ ਗਲਤ ਬਿਆਨੀ ਨਹੀਂ ਕਰਨੀ ਦੇਖੋ ਦੂਜੇ ਨੂੰ ਦੂਜੇ ਆਖਣੇ ਪਹਿਲਾਂ ਨੂੰ ਪਹਿਲਾਂ ਦੇਖੋ ਆਇਆ ਵੀ ਸਾਊ ਜਾਂ ਨਹੀਂ ਐਨੀ ਕੁ ਭੋਲੀ ਵੈੜੀ ਆ ਦੇਖੋ ਨਸਲ ਕੀ ਹੈ ਹਾਈਟ ਵੀ ਚੰਗੀ ਲੱਗੀ ਹੈ ਮਾਸ਼ਾਅੱਲਾ ਜੀ ਚੰਗੀ ਖੂਬਸੂਰਤ ਵੈਰ ਸਿਹਤਮੰਦ ਤੇ ਨਸਲੀ ਬਾਈ ਅਕਮਲ ਬੰਨੋ ਬਾਈ ਸ਼ਾਹਦ ਰੇਟ ਲਾਓ ਜੀ ਵੈਰ ਨੰਬਰ 6 ਦਾ ਇੱਥੋਂ ਭਰਾ ਵੇਖਣੇ ਪਰ ਰੈੱਡ ਫਰੀਜ਼ੀਆਂ ਨੇ ਰੈੱਡ ਫਰੀਜ਼ੀਆਂ ਕਰਾਸ ਹੈ ਪਰ ਥੋੜਾ ਠੀਕ ਹੈ ਜੀ ਜ਼ਿਆਦਾ ਰੈੱਡ ਫਰੀਜ਼ੀ ਨਾਲ ਗਜਾ ਵਿੱਚ ਕਰਾਸ ਹੈ ਲਾਓ ਜੀ ਰੇਟ ਵੈਰ ਨੰਬਰ 6 ਦਾ ਵੈੜੀ ਪੋਦੀ ਹੈ ਦੇਖੋ ਕੀ ਰੇਟ ਹੈ ਪਲ ਵੀ ਬੜਾ ਮਾਸ਼ਾਅੱਲਾ ਜੀ ਭਰਾਵਾਂ ਤੋਹਫੇ ਦੇਣ ਠੀਕ ਹੈ ਜੀ ਲੋ ਜੀ ਦੋਸਤੋ ਵੈਰ ਨੰਬਰ ਆ ਗਈ 7 ਮਾਸ਼ਾਅੱਲਾ ਜੀ ਖੂਬਸੂਰਤ ਵਾਈਟ ਪ੍ਰਿੰਟ ਦੇ ਵਿੱਚ ਲਵਾਵਾਂ ਭਾਈ ਚੱਕਰ ਜ਼ਰਾ ਜੀ ਬਾਈ ਸ਼ਾਹਦ ਇਹ ਵੀ ਪਹਿਲਾਂ ਨੇ ਪਹਿਲਾ ਸੁਭਾ ਸੁਣਾ ਇਹ ਵੀ ਮੀਣੀ ਹੈ ਤੇ ਦੋਵੇਂ ਸਿੰਘ ਹਿਲਦੇ ਨੇ ਮਾਸ਼ਾਅੱਲਾ ਜੀ ਬਾਈ ਅਕਮਲ ਇੱਕ ਪਾਸੇ ਚੱਕਰ ਲਵਾ ਲਿਆ ਕਰੋ ਲੰਮਾ ਲਾਓ ਜ਼ਰਾ ਸਿੰਘ ਦੋਵੇਂ ਭਰਾ ਫੜ ਕੇ ਨਾ ਜ਼ਰਾ ਮੇਰੇ ਨਾਲ ਵੇਖ ਕੇ ਸਿੰਘ ਲਾਣੇ ਜ਼ਰਾ ਮਗਰਾਬੀ ਉੱਡਣ ਡਈ ਆ ਤੇ ਵੇਖੋ ਤੈਨੂੰ ਮਾਸ਼ਾਅੱਲਾ ਹੈ ਪੂਰੇ ਜੇ ਲਾ ਦੇ ਕਮਨਾ ਅੱਲਾ ਦੀਆਂ ਬਣਾਈਆਂ ਚੀਜ਼ਾਂ ਨੇ ਸਿੰਘ ਰਾਂ ਜਿਵੇਂ ਉੱਤੇ ਹੀ ਪਏ ਨੇ ਉੱਤੇ ਹੀ ਪਏ ਨੇ ਲਾ ਦੇ ਕਹਿੰਦਾ ਮੀਣੀ ਆਂਦੇ ਸਮੁੰਦਰੂ ਪਾਰ ਵੇ ਗਾਂ ਹੋਏ ਮਾਝੇ ਉਹਨਾਂ ਦੇ ਲੋ ਇਹ ਵੇਖੋ ਲਾ ਦੇ ਕੰਬੂਥੀ ਵੇਖੋ ਹੁਸਨ ਵੇਖੋ ਬੱਚੀ ਦਾ ਮਾਸ਼ਾਅੱਲਾ ਜੀ ਵੇਖੋ ਵੇਖੋ ਹੁਸਨ ਬੱਚੀ ਦਾ ਪਹਿਲਨ ਵੈੜ ਹੈ ਦਿਨ ਕਿੰਨੇ ਕੁ ਲੈਣ ਡਈ ਹੈ ਭਾਈ ਦਿਨ ਬੜੇ ਵੀ ਲੈ ਦੇ ਕੋਈ 4-5 ਦਿਨ ਲੈ ਗਈ ਹੈ ਕੋ ਚੋਗੀ ਛਿਗੀ ਹਾਂਜੀ ਚੋਗੀ ਤੋਂ ਛਿਗੀ ਲੱਗਣ ਡਈ ਜੇ ਚੋਗੀ ਤੋਂ ਛਿਗੀ ਲੱਗਦੀ ਵੀ ਮਾਸ਼ਾਅੱਲਾ ਜੀ ਪਹਿਲਨ ਵੈੜ ਖੂਬਸੂਰਤ ਹੈ ਨਸਲ ਕੀ ਜਾਂਦੀ
ਇਹਦੀ ਨਸਲ ਜੇ ਜਰਸੀ ਤੇ ਚੋਲਸ ਤੇ ਨਾ ਕਰਾ ਸਕਦਾ ਵੀ ਜਰਸੀ ਤੇ ਚੋਲਸ ਨਹੀਂ ਕਰਾ ਸਕਦੇ ਲਿਬਾਸ ਦੋਸਤਾਂ ਵੇਖਣਾ ਪਹਿਲੇ ਨਾ ਹੋ ਕੇ ਥਣ ਵੀ ਸੋਹਣੇ ਲੱਗੇ ਨੇ ਬਾਈ ਸ਼ਾਹ ਦੀਆਂ ਜਿੰਨੀਆਂ ਵਹਿਰਾਂ ਨੇ ਸਾਰਿਆਂ ਦੇ ਥਣ ਸੋਹਣੇ ਨੇ ਦਾਣੇ ਆਉਂਦੇ ਨੇ ਭਰਾ ਜੀ ਕਿੱਲੇ ਦੇ ਬੰਨਣਗੇ ਆਖਣਗੇ ਚੀਜ਼ ਵੱਧੀ ਹੈ ਲਾ ਦੇ ਕੰਮ ਨਾਲ ਠੀਕ ਹੈ ਜੀ ਨਸਲ ਵੀ ਚੰਗੀ ਸਿਹਤ ਦੋਸਤਾਂ ਵੇਖਣੀ ਹੈ ਗੱਬਣ ਵਾਲੇ ਪੰਜ ਸੱਤ ਦਿਨ ਲੈਣ ਡੀ ਹੈ ਪੰਜ ਸੱਤ ਦਿਨਾਂ 'ਚ ਪੰਜ ਛੇ ਦਿਨ ਲਏ ਜੀ ਬਿਲਕੁਲ ਠੀਕ ਹੈ ਜੀ ਕੀ ਰੇਟ ਹੈ ਬਾਈ ਸ਼ਾਹਦ ਵੈਰ ਨੰਬਰ 7 ਲਾਓ ਹੋ ਪੈਕੇਜ 2 ਲੱਖ ਤੇ 10,000 ਦੇ ਦੇਖ ਲਾਂਗੇ ਬੱਚੀ ਜਿਹੜਾ ਭਰਾ ਮੰਗੇ ਇਸ ਵੀਡੀਓ ਦਾ ਅੱਜ ਦੀ ਵੀਡੀਓ ਦਾ ਪੈਕੇਜ ਹੈ ਜਿੰਨਾ ਮਾਲ ਵੀਡੀਓ 'ਚ ਪਾਇਆ ਇਸ ਵੀਡੀਓ ਦਾ ਰੇਟ ਹੈ ਬਾਅਦ 'ਚ ਭਰਾ ਵੇਖੋ ਦੂਜੀ ਵੀਡੀਓ ਅੱਲਾ ਤੋਂ ਕੰਮ ਜਾਨਵਰ ਰਹਿੰਦੇ ਹੀ ਨਹੀਂ ਕਿ ਰਹਿਬ ਜੇ ਵੇਖੋ ਸਾਡੀ ਮਿਹਨਤ ਹੁੰਦੀ ਰੇਟ ਹੀ ਪਰ ਸੋਹਣੇ ਲਾਏ ਨੇ ਮਾਸ਼ਾ ਸਾਡੀ ਮਿਹਨਤ ਹੁੰਦੀ ਹੈ ਤੇ ਜੇ ਕੋਈ ਤਾ ਭਾਰ ਫਰਕ ਅਗਲੀ ਵੀਡੀਓ 'ਚ ਹੋਏ ਤਾਂ ਉਹਦੀ ਅਸੀਂ ਕੱਢਦੇ ਹਾਂ ਇਸ ਵੀਡੀਓ ਰੇਟ ਹੈ ਜਿਹੜਾ ਇਸ ਅਗਲੀ ਵੀਡੀਓ ਬਣਨ ਦਾ ਕਹਿ ਰੇਟ ਰੇ ਦਾ ਹਾਂਜੀ ਠੀਕ ਹੈ ਜੀ ਇੱਕ ਹੀ ਮਾਝੀ ਅੱਜ ਦੀ ਵੀਡੀਓ 'ਚ ਬਾਈ ਸ਼ਾਹ ਦੀ ਸੁਬਾ ਕਿਨਮਾ ਸੋਹਣਾ ਗੱਬਾ ਨੇ ਖਿਲਾਰਨੀ ਜ਼ਰਾ ਚਿਹਰਾ ਚੈੱਕ ਕਰਵਾਉਣਾ ਕਾਲੀ ਅੱਖਾਂ ਦੇ ਦੋ ਅੱਖਾਂ ਦੀ ਰੰਗ ਸੇਮ ਹੈ ਸਿੰਗੀਆਂ ਵੀ ਦੋਸਤਾਂ ਵੇਖ ਲੈਣੀਆਂ ਮਾਸ਼ਾਅੱਲਾ ਜੀ ਕਰਾਓ ਚੈੱਕ ਠੀਕ ਹੋ ਗਿਆ ਸਰ ਤਸੱਲੀ ਕਰਾਓ ਵੀਰਾਂ ਬਣਾ ਕੇ ਜਰਾ ਮਾਸ਼ਾਅੱਲਾ ਜੀ ਕਾਲੀਆਂ ਅੱਖਾਂ ਦੇ ਦੋ ਅੱਖਾਂ ਦੀ ਰੰਗਾ ਸੇਮ ਹੈ ਜਿਸਮ ਦੇ ਪਸ਼ਮ ਵੀ ਦੋਸਤਾਂ ਵੇਖਣੀ ਲਵਾਓ ਬਾਈ ਸ਼ਾਹ ਚੱਕਰ ਜਰਾ ਕੋਲ ਵੀ ਦੋਸਤਾਂ ਵੇਖ ਲੈਣੀ ਚਾਲੀਆਂ ਨਗਰਾਂ ਵਿੱਚ ਬੱਜੀ ਸੀ ਮਾਸ਼ਾਅੱਲਾ ਜੀ ਖੁੱਲ ਕੇ ਆਈ ਹੈ ਜਿਹੜਾ ਭਰਾ ਦੀ ਖਿਦਮਤ ਕਰੇਗਾ ਲਾ ਦੋ ਕੰਮ ਨਾਲ ਤੇ ਇਹਦੇ ਅੱਗੇ ਕੁਰਗੜ ਸੁੱਕੀ ਹੈ ਭਰਾ ਦੀ ਤੂੜੀ ਸੁੱਕੀ ਸੁੱਟੀ ਹੈ ਠੀਕ ਹੈ ਝੱਬੀ ਆਉਂਦੀ ਜੇ ਲਾ ਦੋ ਕੰਮ ਨਾਲ ਲਿਬਾਸ ਚੰਗਾ ਕਰਦੀ ਵੀ ਗੱਬਨ ਪੱਠਿਆਂ ਦੀ ਮਾਰ ਪਈ ਹੋਰ ਮੈਂ ਕਹਾਇਆ ਫੇਲ ਕੋਨੂੰ ਪਾਸੇ ਥਣਾ ਚ ਹੋਏ ਦੰਦਾਂ ਚ ਹੋਏ ਗਰੰਟੀ ਹੈ ਮੇਰੀ ਮੈਂ ਚ ਹੋਏ ਉਹਦੀ ਗਰੰਟੀ ਹੋਏਗੀ ਲਾ ਦੋ ਕੰਮ ਨਾਲ ਤਸੱਲੀ ਕਰਾ ਦੇ ਭਰਾਉਣ ਜਰਾ ਬਣਾ ਕੇ ਲੋ ਦੋਸਤੋ ਲਿਬਾਸ ਇੱਕ ਦਫਾ ਫਿਰ ਵੇਖ ਲੈਣਾ ਇਹਦਾ ਮਾਸ਼ਾਅੱਲਾ ਜੀ ਸੋਹਣੇ ਥਣ ਨੇ ਲਾਓ ਜੀ ਰੇਟ ਖੀਰੀ ਸੂਈ ਮਾਸ਼ਾਅੱਲਾ ਜੀ ਤੇ ਹੁਣ ਦੂਜਾ ਸੂਆ ਸੂਣਾ ਵੇ ਗੱਬਣ ਬਾਈ ਸ਼ਾਹ ਦੇ ਇੱਕ ਬਰੀਡਰ ਵੀ ਹੈ ਆਓ ਹੁੰਦਾ ਰਾਤ ਦੇਸੀ ਤੇ ਚੋਲਸਾਂ ਨੀ ਕਰਾਸ ਹਿਲਦੇ ਨੇ ਪਏ ਅਗਰ ਦੋਸਤ ਬਰੀਡਿੰਗ ਵਾਸਤੇ ਲਾਈ ਫਿਰ ਵੀ ਅੱਛਾ ਨਹੀਂ ਤੇ ਫਿਰ ਕੁਰਬਾਨੀ ਤੇ ਇਨਸ਼ਾਅੱਲਾ ਲੱਗੇ ਖੂਬਸੂਰਤ ਚਿਹਰੇ ਦੀ ਖੂਬਸੂਰਤੀ ਬੜੀ ਹੈ ਚਲਾ ਭਰਾ ਕੇ ਦੋਸਤਾਂ ਚੈੱਕ ਕਰਵਾ ਦਿੱਤਾ ਸਿਹਤਮੰਦ ਜੀ ਪੂਰਾ ਚੰਨ ਬਣਾਇਆ ਮੱਥੇ ਤੇ ਜਾਂ ਨਹੀਂ ਮਾਸ਼ਾਅੱਲਾ ਜੀ
ਗੁੱਥਿਆ ਹੋਵੇ ਤੇ ਹੈ ਮਾਸ਼ਾਅੱਲਾ ਜੀ, ਖੂਬਸੂਰਤ ਬੱਚਾ ਬਲੈਕ ਪ੍ਰਿੰਟ ਦੇ ਵਿੱਚ ਜੀ ਭਾਈ ਸ਼ਾਹ ਕੀ ਰੇਟ ਹੈ ਜੀ ਵੈਰੇ ਦਾ? ਜਿਹੜੇ ਬਾਅਦ ਗਿਲਾ ਸ਼ਿਕਵਾ ਕਰਦੇ ਨੇ, ਗਿਲਾ ਸ਼ਿਕਵਾ ਨਾ ਕਰੇ, ਮਾਦਰ ਨਾ ਕਹਿੰਦੇ ਆ ਆਪਣਾ ਟੋਕਣ ਪਹਿਲਾਂ ਜਲਦੀ ਕਰਾਉਣ ਕਰਨ। ਠੀਕ, ਪਿਛਲੀ ਵੀਡੀਓ ਤੇਰਾ ਫੜ ਬਣ ਗਏ ਭਾਈਆਂ ਨੇ, ਟੋਕਣ ਦੂਨ ਕਰਾਤਾ, ਲੇਟ ਜਿਹੜਾ ਕਰਾਇਆ ਸੀ ਤੇ ਦੱਸ ਕਿਨੇ ਕਰਾਇਆ, ਟੋਕਣ ਚ ਬਿਆਨਾ ਜਿਹੜਾ ਜਲਦੀ ਕਰਾਉਣ ਕਰੇ, ਮਾਲ ਉਹ ਸੁਭਾ ਡੱਕੇ ਜਿਹੜਾ ਟੋਕਣ ਬਿਆਨਾ ਕਰਾਏਗਾ। ਠੀਕ ਹੈ, ਬਾਅਦ ਚ ਬੰਦੇ ਇੱਥੇ ਆ ਕੇ ਗਿਲਾ ਸ਼ਿਕਵਾ ਸਾਡੇ ਕਰਨ ਤੋਂ ਕੋਈ ਭਰਾ ਨਾ ਕਰੇ ਉਸ ਗੱਲ ਦੀ ਮਾਦਰਾ ਤੇ। ਅੱਲਾ ਹਾਫਿਜ਼ ਜੀ।